ਤਾਂ ਇੱਕ ਪਾਸੇ ਜਿੱਥੇ ਇਹਨਾਂ ਕਾਨੂੰਨਾਂ ਨੂੰ ਲੈ ਕੇ ਕਿ ਕਿਸ ਤਰੀਕੇ ਇਹ ਲਾਭਦਾਇਕ ਹੋਣਗੇ ਉਸਦੀ ਗਿਣਤੀ ਜਿਹੜੀ ਹੈ ਕਰਵਾਈ ਜਾ ਰਹੀ ਸੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਦੀ, ਪਰ ਦੂਸਰੇ ਪਾਸੇ ਕਿਸਾਨਾਂ ਦੇ ਵੱਲੋਂ ਦੀ ਇਹਨਾਂ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ। ਗੁਰਦਾਸਪੁਰ ਦੇ ਵਿੱਚ ਕਾਪੀਆਂ ਜਿਹੜੀਆਂ ਨੇ ਨਵੇਂ ਕਾਨੂੰਨਾਂ ਦੀਆਂ ਸਾੜੀਆਂ ਗਈਆਂ ਨੇ। ਤਸਵੀਰਾਂ ਤੁਹਾਨੂੰ ਇਸ ਵੇਲੇ ਦਿਖਾ ਰਹੇ ਹਾਂ ਪ੍ਰਦਰਸ਼ਨ ਦੀਆਂ, ਜਿੱਥੇ ਕਿ ਗੁਰਦਾਸਪੁਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਦੀ ਪ੍ਰਦਰਸ਼ਨ ਕੀਤਾ ਜਾਂਦਾ ਹੈ, ਇਹਨਾਂ ਕਾਨੂੰਨਾਂ ਨੂੰ ਲੈ ਕੇ ਇਹਨਾਂ ਕਾਨੂੰਨਾਂ ਦਾ ਵਿਰੋਧ ਕੀਤਾ ਜਾਂਦਾ ਹੈ। ਔਰ ਇਸੇ ਪ੍ਰਦਰਸ਼ਨ ਦੇ ਦੌਰਾਨ ਕਾਨੂੰਨਾਂ ਦੀਆਂ ਕਾਪੀਆਂ ਜਿਹੜੀਆਂ ਨੇ ਉਹ ਸਾੜੀਆਂ ਜਾਂਦੀਆਂ ਨੇ। 3 ਕ੍ਰਿਮੀਨਲ ਕਾਨੂੰਨ ਜਿਹੜੇ ਨੇ ਉਹ ਲਾਗੂ ਹੋਏ ਨੇ ਜਿਨ੍ਹਾਂ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ। ਦੇਸ਼ ਭਰ ਦੇ ਵਿੱਚ ਕਾਨੂੰਨ ਜਿਹੜੇ ਨੇ ਹੁਣ ਲਾਗੂ ਹੋ ਚੁੱਕੇ ਨੇ, ਹਾਲਾਂਕਿ ਵੱਖ ਵੱਖ ਤੌਰ ਦੇ ਉੱਤੇ ਵਿਰੋਧ ਵੀ ਦੇਖਣ ਨੂੰ ਮਿਲ ਰਿਹਾ, ਪਰ ਇਸ ਸਭ ਦੇ ਬਾਰੇ ਚਰਚਾ ਜਿਹੜੀ ਅੱਜ ਕਰਾਂਗੇ ਖਾਸ ਤੌਰ ਦੇ ਉੱਤੇ ਇਹਨਾਂ ਕਾਨੂੰਨਾਂ ਨੂੰ ਲੈ ਕੇ। ਸਾਡੇ ਨਾਲ ਸੀਨੀਅਰ ਵਕੀਲ ਰੋਬਿਨਜੀਤ ਸਿੰਘ ਜੀ ਜਿਹੜੇ ਨੇ ਉਹ ਜੁੜ ਚੁੱਕੇ ਨੇ। ਰਵਿੰਦਰ ਜੀ, ਖਾਸ ਤੌਰ ਦੇ ਉੱਤੇ ਜਿਹੜੇ ਕਾਨੂੰਨ ਨੇ ਅੱਜ ਲਾਗੂ ਕਰ ਦਿੱਤੇ ਗਏ ਨੇ, ਇਹਨਾਂ ਨੂੰ ਲੈ ਕੇ ਤੁਹਾਡੀ ਸਭ ਤੋਂ ਪਹਿਲਾਂ ਤਾਂ ਕੀ ਰਾਏ ਹੈ ਜਿਹੜੇ ਕਾਨੂੰਨ ਲਾਗੂ ਹੋਏ ਨੇ, ਕਿਉਂਕਿ ਕਈ ਤਰੀਕੇ ਦੇ ਸਵਾਲ, ਕਈ ਤਰੀਕੇ ਦੇ ਖਦਸ਼ੇ ਕਾਨੂੰਨਾਂ ਨੂੰ ਲੈ ਕੇ ਖੜੇ ਸੀਗੇ? ਇਹ ਮੈਮ, ਸਭ ਤੋਂ ਪਹਿਲਾਂ ਤਾਂ ਜਿਹੜਾ ਗਵਰਨਮੈਂਟ ਦਾ ਬੜੇ ਟਾਈਮ ਤੋਂ ਇੱਕ ਚੱਲ ਰਿਹਾ ਸੀਗਾ ਕਿ ਇਹ ਜਿਹੜੇ 3 ਕ੍ਰਿਮੀਨਲ ਲਾਜ਼ ਹੈ ਇਹ ਕਲੋਨੀਅਲ ਏਰਾ ਨੂੰ ਰਿਫਲੈਕਟ ਕਰਦੇ ਆ ਜੀ, ਕਿਉਂਕਿ ਜਿਹੜੇ ਲਾਜ਼ IPC 1860 ਦੇ ਵਿੱਚ ਪਾਸ ਹੋਇਆ ਸੀ, ਐਵੀਡੈਂਸ ਐਕਟ ਹੈ 1872 'ਚ ਪਾਸ ਹੋਇਆ ਸੀ, ਸਿਮਿਲਰਲੀ ਜਿਹੜਾ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਉਹ ਬ੍ਰਿਟਿਸ਼ ਏਰਾ 'ਚ ਪਾਸ ਹੋਇਆ ਸੀ, ਪਰ 1973 'ਚ ਗਵਰਨਮੈਂਟ ਨੇ ਅਮੈਂਡ ਕਰਕੇ ਨਵਾਂ CRPC ਲਿਆਂਦਾ ਸੀ ਜੀ। ਗਵਰਨਮੈਂਟ ਦਾ ਇਹ ਪੁਆਇੰਟ ਆਫ ਵਿਊ ਸੀਗਾ ਕਿ ਜਿਹੜੇ 3 ਕ੍ਰਿਮੀਨਲ ਲਾਜ਼ ਹੈ ਇਹ ਬ੍ਰਿਟਿਸ਼ ਏਰਾ ਨੂੰ ਰਿਫਲੈਕਟ ਕਰਦੇ ਆ, ਅਸੀਂ ਇਹਨਾਂ ਲਾਜ਼ ਨੂੰ ਬਦਲ ਕੇ ਇਹਨਾਂ ਵਿੱਚੋਂ ਇੰਡੀਅਨ ਜਿਹੜੀ ਰਿਫਲੈਕਸ਼ਨ ਹੈ ਕਿ ਨਵੇਂ ਕਾਨੂੰਨ ਦੇਖੋ ਉਹਨਾਂ ਦੇ ਨੇਮਸ ਆ ਜਿਹੜੀ ਉਹ ਵੀ ਚੇਂਜ ਕੀਤੇ ਆ, ਕੁਛ ਉਹਨਾਂ 'ਚ ਜਿਹੜੀਆਂ ਪ੍ਰੋਵੀਜ਼ਨਸ ਆ ਉਹ ਚੇਂਜ ਕੀਤੀਆਂ ਗਈਆਂ, ਕੁਛ ਉਹਨਾਂ 'ਚ ਜਿਹੜੀ ਸੈਕਸ਼ਨ ਰਿਸ਼ਫਲ ਕੀਤੇ ਆ, ਨੰਬਰਿੰਗ ਰਿਸ਼ਫਲ ਕੀਤੀ ਹੈ, ਉਹ ਵੀ ਕੰਸਿਡਰੇਬਲ ਹੈਗੀਆਂ ਜੀ। ਬਿਲਕੁਲ, ਇਹ ਜਾਣਨਾ ਚਾਹਾਂਗੇ ਕਿ ਇਹ ਕਿੰਨੀ ਛੇਤੀ ਪ੍ਰੋਸੈਸ ਦੇ ਵਿੱਚ ਕਾਨੂੰਨ ਜਿਹੜੇ ਨੇ ਉਹ ਆਉਣਗੇ, ਕਿਉਂਕਿ ਇਹ ਵੀ ਜ਼ਿਕਰ ਸੀਗਾ ਕਿ ਬਹੁਤ ਕਾਹਲੀ ਦੇ ਵਿੱਚ ਕਿਤੇ ਨਾ ਕਿਤੇ ਇਹਨਾਂ ਕਾਨੂੰਨਾਂ ਨੂੰ ਲਾਗੂ ਕਰ ਦਿੱਤਾ ਗਿਆ। ਅਨਡਾਊਟਡਲੀ ਮੈਮ, ਐਕਚੁਅਲੀ ਗੱਲ ਇਹ ਹੈ ਕਿ ਜੇ ਆਪਾਂ ਕਹੀਏ ਕਿ ਕੱਲ ਨੂੰ ਜਾਂ ਮਹੀਨੇ ਬਾਅਦ ਜਾਂ 2 ਮਹੀਨੇ, ਇਟਸ ਨਾਟ ਦੈਟ ਸ਼ਾਰਟ ਪ੍ਰੋਸੈਸ, ਬੜਾ ਲੰਬਾ ਸਮਾਂ ਹਜੇ ਕੁਛ, ਇਨਫੈਕਟ ਕੁਛ ਸਾਲ ਲੱਗਣੇ ਹੈ ਇਹਨਾਂ ਕਾਨੂੰਨਾਂ ਨੂੰ ਪ੍ਰੋਪਰਲੀ ਜਿਹੜੀ ਇੰਪਲੀਮੈਂਟੇਸ਼ਨ ਦੇ ਵਿੱਚ। ਨੋ ਡਾਊਟ ਇਹ ਜਿਹੜੇ ਕਾਨੂੰਨ ਹੈ ਅੱਜ ਤੋਂ 1 ਜੁਲਾਈ 2024 ਤੋਂ ਇਨ ਇਫੈਕਟ ਹੋ ਗਏ ਹੈ, ਪਰ ਜਿਹੜੀਆਂ 30th 2024 ਤੱਕ FIR ਰਾਤ ਨੂੰ 12 ਵਜੇ ਤੱਕ ਰਜਿਸਟਰਡ ਹੋਈਆਂ, ਉਹ ਜਿਹੜੀਆਂ ਪੁਰਾਣੀਆਂ IPC ਨਾਲ ਰਜਿਸਟਰ ਹੋਈਆਂ ਤੇ ਜਿਹੜੀ ਉਹਨਾਂ ਦੀ ਇਨਵੈਸਟੀਗੇਸ਼ਨ ਹੈ ਉਹ ਵੀ IPC ਤੇ CRPC ਪ੍ਰੋਸੀਜਰ ਹੈ ਜਿਹੜਾ ਉਹਨਾਂ ਦਾ, ਉਹ CRPC ਦੇ ਥਰੂ ਚੱਲਣਾ, ਚਾਰਜਸ਼ੀਟਸ ਫਾਈਲ ਹੋਣੀ ਹੈ, ਤੇ ਜਿਹੜੀਆਂ ਇਸ ਤੋਂ ਪਹਿਲਾਂ ਕੋਈ ਸਜ਼ਾ ਜ਼ਾਬਤਾ ਬੰਦਾ ਹੋਇਆ, ਅਪੀਲਸ ਐਡਮਿਟ ਹੋਈਆਂ ਹਾਈ ਕੋਰਟ ਜਾਂ ਸੁਪਰੀਮ ਕੋਰਟ 'ਚ, ਕੋਈ SLPs ਪਈਆਂ, ਉਹ FIR ਭਾਵੇਂ, ਦੇਖੋ ਇਹਦੇ 'ਚ ਫਰਕ ਸਮਝਣ ਵਾਲੀ ਗੱਲ ਕੀ ਹੈ, IPC ਹੈ ਜਿਹੜਾ ਪੀਨਲ ਓਫੈਂਸਿਸ, ਉਹਦੇ ਅੰਡਰ ਬੰਦਾ ਚਾਰਜ ਹੁੰਦਾ ਸੀ, ਜਿਹੜਾ CRPC ਹੈ ਉਹਦੇ ਅੰਦਰ ਪ੍ਰੋਸੀਜਰ ਹੁੰਦਾ, ਬੇਲ ਦਾ ਲਾ ਲਓ, ਅਪੀਲਸ ਦਾ ਲਾ ਲਓ, ਐਂਟੀਸਪੇਟਰੀ ਬੇਲ ਹੈ, FIR ਦੀ ਕੁਐਸ਼ਿੰਗ ਹੈ, ਅਤੇ ਹੋਰ ਸੈਵਰਲ ਜਿਹੜੇ ਮੁੱਦੇ ਹੈ, ਪ੍ਰੋਸੀਜਰਲ ਕੋਰਟ ਸੀ CRPC ਸਾਡਾ ਜੀ। ਜਿਹੜੀ FIR 30th June 12 ਵਜੇ ਤੋਂ ਰਾਤ ਤੋਂ ਪਹਿਲਾਂ ਰਜਿਸਟਰ ਹੋਈਆਂ ਉਹ ਹੋਈਆਂ IPC ਦੇ ਅੰਡਰ ਹੈ ਜੀ, ਪਰ ਜਿਹੜਾ ਉਹਨਾਂ ਦਾ ਪ੍ਰੋਸੀਜਰ ਹੈ ਉਹ 1 ਜੁਲਾਈ ਤੋਂ ਅੱਜ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ BNSS ਜਿਹੜਾ ਇਫੈਕਟ 'ਚ ਆ ਗਿਆ, ਉਹਨਾਂ ਦਾ ਪ੍ਰੋਸੀਜਰ BNSS ਦੇ ਥਰੂ ਚੱਲਣਾ। ਸਿਮੀਲਰਲੀ ਜਿੰਨੀਆਂ ਵੀ ਪੁਰਾਣੀਆਂ FIRs ਹੈ ਉਹਨਾਂ ਦੇ ਪ੍ਰੋਸੀਜਰ ਨੂੰ ਲੈ ਕੇ ਅੱਜ ਜਿਹੜਾ ਇੱਕ ਵੱਡਾ, ਮੈਂ ਸਮਝਦਾ ਸਾਰੇ ਲੋਇਰਸ ਵੀ ਸਮਝਦੇ ਆ, ਇੱਕ ਕਿਉਂਸ ਦੀ ਸਥਿਤੀ ਵੀ ਬਣ ਸਕਦੀ ਹੈ,
ਭਾਵੇਂ ਉਹ ਜੁਡੀਸ਼ਰੀ 'ਤੇ ਹੋਵੇ, ਭਾਵੇਂ ਉਹ ਲੀਗਲ ਫਰੈਟਰਨਿਟੀ 'ਤੇ ਹੋਵੇ, ਭਾਵੇਂ ਜਿਹੜੇ ਲੋਕ ਜਿਹੜੇ ਪਬਲਿਕ ਕੋਰਟਸ ਤੋਂ ਉਮੀਦ ਰੱਖਦੇ ਆ, ਉਹਨਾਂ 'ਤੇ ਥੋੜ੍ਹਾ ਟਾਈਮ ਇਸ ਚੀਜ਼ ਨੂੰ ਲੈ ਕੇ ਜਿਹੜਾ ਟਾਈਮ ਲੈਪਸ ਆ ਉਹ ਜ਼ਰੂਰ ਵੱਧ ਸਕਦਾ, ਕੁਛ ਸਾਲ ਇਨਫੈਕਟ ਲੱਗ ਸਕਦੇ ਆ, ਕੋਈ 2-4-5 ਸਾਲ ਲੱਗ ਸਕਦੇ ਆ ਪੂਰਾ ਇਹਨੂੰ ਕਵਰ ਅਪ ਕਰਨ ਜੀ। ਬਿਲਕੁਲ, ਇਹ ਵੀ ਜ਼ਿਕਰ ਕੀਤਾ ਜਾ ਰਿਹਾ ਕਿ ਪੁਲਿਸ ਮੁਲਾਜ਼ਮਾਂ ਨੂੰ ਜਿਹੜੀਆਂ ਤਾਕਤਾਂ ਨੇ ਉਹ ਵੱਧ ਦੇ ਦਿੱਤੀਆਂ ਗਈਆਂ ਨੇ, ਹਾਲਾਂਕਿ ਜਿਸ ਤਰੀਕੇ ਜ਼ਿਕਰ ਸੀਗਾ ਕਿ 15 ਦਿਨ ਦੀ ਜਿਹੜੀ ਰਿਮਾਂਡ ਪਹਿਲਾਂ ਹੁੰਦੀ ਸੀਗੀ ਉਸਨੂੰ ਹਿੱਸਿਆਂ ਦੇ ਵਿੱਚ, ਟੁਕੜਿਆਂ ਦੇ ਵਿੱਚ 90 ਦਿਨ ਦਾ ਕਰ ਦਿੱਤਾ ਗਿਆ। ਜੀ 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 ਉਹਦੇ 'ਚ ਇਹ ਹੈਗੇ ਪ੍ਰੋਵੀਜ਼ਨ, ਕਿਉਂਕਿ ਪਹਿਲਾਂ ਜਦੋਂ ਬੰਦਾ ਅਰੈਸਟ ਹੁੰਦਾ ਸੀ ਉਹਨੂੰ 24 ਘੰਟਿਆਂ ਦੇ ਵਿੱਚ ਮੈਜਿਸਟਰੇਟ ਦੇ ਪੇਸ਼ ਕੀਤਾ, ਉਸ ਤੋਂ ਬਾਅਦ ਉਹਦਾ ਰਿਮਾਂਡ ਮਾਰਕ ਮੈਜਿਸਟਰੇਟ ਤੋਂ ਕਰਾਉਣਾ ਪੈਂਦਾ ਸੀ, ਉਹ 15 ਦਿਨਾਂ ਦਾ ਹੋ ਸਕਦਾ ਸੀ। ਅਨਡਾਊਟੇਡਲੀ ਇਹ ਹੁਣ ਵੀ 15 ਦਿਨਾਂ ਦਾ ਪਹਿਲਾਂ ਹੋਣਾ, ਪਰ ਉਹ ਐਕਸਟੈਂਡ 60 ਦਿਨਾਂ ਤੱਕ, ਉਸ ਤੋਂ ਬਾਅਦ 90 ਦਿਨਾਂ ਤੱਕ ਹੋ ਸਕਦਾ, ਜੋ CRPC 'ਚ ਪਹਿਲਾਂ ਇਹ ਪ੍ਰੋਵੀਜ਼ਨ ਨਹੀਂ ਹੈਗੀ ਜੀ, ਉਹ 90 ਦਿਨਾਂ ਤੱਕ BNSS ਦੇ ਅੰਡਰ ਐਕਸਟੈਂਡ ਹੋ ਸਕਦਾ। ਬਿਲਕੁਲ, ਤਾਂ ਇਸ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਕਿ ਇਹ ਸਹੀ ਫੈਸਲਾ, ਇਸ ਦੇ ਨਾਲ ਪੁਲਿਸ ਦੇ ਕੋਲ ਜ਼ਿਆਦਾ ਤਾਕਤਾਂ ਜਿਹੜੀਆਂ ਨੇ ਉਹ ਜਾਣਗੀਆਂ ਜਿਹੜੇ ਨਵੇਂ ਕਾਨੂੰਨ ਹੁਣ ਜਿਹੜੇ ਲਾਗੂ ਹੋਣ ਜਾ ਰਹੇ ਨੇ? ਦੇਖੋ, ਪੁਲਿਸ ਦੇ ਕੋਲ ਜ਼ਰੂਰ, ਜੋ ਮੈਂ ਸਮਝਦਾ, ਮੇਰੀ ਨਿੱਜੀ ਰਾਏ ਹੈ, ਸਭ ਦੀ ਆਪਣੀ ਹੋ ਸਕਦੀ ਹੈ, ਕਿਉਂਕਿ ਲਾਇਰਸ ਵੀ ਸਾਰੀਆਂ ਇਹ ਗੱਲਾਂ ਕਹਿ, ਅੱਜ ਪੋਲੀਟੀਕਲ ਗਲਿਆਰਿਆਂ ਦੇ ਵਿੱਚ ਵੀ ਇਹ ਗੱਲ ਚੱਲਦੀ ਹੈ ਕਿ ਪੁਲਿਸ ਕੋਲ ਜਿਹੜੀਆਂ ਪਾਵਰਸ ਹੈ ਉਹਨਾਂ ਨੂੰ ਜ਼ਰੂਰ ਥੋੜ੍ਹਾ ਵਧਾ ਦਿੱਤਾ ਗਿਆ। ਗੱਲ ਰਿਮਾਂਡ ਹੀ ਲੈ ਲਓ ਜੀ, ਸਪੋਜ਼ ਇੱਕ ਬੰਦੇ ਨੂੰ ਪੁਲਿਸ ਅਰੈਸਟ ਕਰਦੀ ਹੈ, ਉਹਦਾ ਰਿਮਾਂਡ ਮਾਰ ਕਰਾਉਂਦੀ ਹੈ, ਸਪੋਜ਼ 15 ਦਿਨ ਦਾ ਰਿਮਾਂਡ ਲੈਂਦੀ, ਉਸ ਤੋਂ ਬਾਅਦ ਉਹਨੂੰ ਐਕਸਟੈਂਡ ਕਰਾ ਕੇ 60 ਦਿਨਾਂ ਦਾ ਕਰਵਾ ਲਿਆ ਜਾਂਦਾ, ਜਾਂ 90 ਦਿਨਾਂ ਦਾ ਅਗਰ ਮੈਜਿਸਟਰੇਟ, ਜੋ ਜੁਡੀਸ਼ੀਅਲ ਮੈਜਿਸਟਰੇਟ ਆ ਉਹਨੂੰ ਜ਼ਰੂਰੀ ਸਮਝੇ, 90 ਦਿਨਾਂ ਤੱਕ ਦਾ ਕਰ ਦਿੰਦਾ, 60 ਦਿਨਾਂ ਤੱਕ ਦਾ ਕਰ ਦਿੰਦਾ ਜੀ, ਜਾਂ ਉਸ ਤੋਂ ਥੱਲੇ। 15 ਦਿਨ ਦਾ ਤੇ 60 ਦਿਨਾਂ ਦਾ ਜਾਂ 90 ਦਿਨਾਂ ਦਾ ਫਰਕ ਜਿਹੜਾ ਵਕਫਾ ਬੜਾ ਲੰਬਾ ਹੈ, ਇਹਦੇ ਵਿੱਚ ਉਹਨਾਂ ਨੂੰ ਕੋਈ ਵੀ ਜਿਹੜੀਆਂ ਕਨਫੈਸ਼ਨਲ ਸਟੇਟਮੈਂਟਸ ਹੈ ਜੀ, ਐਕਸਟਰਾ ਕਨਫੈਸ਼ਨਲ ਜਿਹੜੀਆਂ ਜੁਡੀਸ਼ੀਅਲ ਆਪਣਾ ਕਸਟੋਡੀਅਲ ਇੰਟਰੋਗੇਸ਼ਨ ਕਰਕੇ ਉਹਨਾਂ ਨੂੰ ਜਿਹੜੀਆਂ ਕਨਫੈਸ਼ਨਲ ਸਟੇਟਮੈਂਟਸ ਹੈ, ਪੁਲਿਸ ਦੇ ਹੱਥ ਥੋੜਾ, ਮੈਂ ਸਮਝਦਾ ਤੇ ਹੋਰ ਬੜੇ ਸਾਡੇ ਲਾਇਰ ਸਮਝਦੇ ਆ, ਪਬਲਿਕ ਵੀ ਸਮਝਦੀ ਹੈ ਕਿ ਇਹ ਜਿਹੜੀਆਂ ਪਾਵਰਸ ਹੈ ਇਹ ਜ਼ਰੂਰ ਪੁਲਿਸ ਦੇ ਹੱਥ ਉਹਨਾਂ ਨੂੰ ਸਵਾਗਤ ਹੈ ਰਾਜ ਗੁਰਵਿੰਦਰ ਸਿੰਘ ਜੀ ਲਿਵਿੰਗ ਇੰਡੀਆ ਨਿਊਜ਼ ਦੇ ਉੱਤੇ। ਜਾਣਨਾ ਚਾਹਾਂਗੇ ਕਿ ਆਖਿਰਕਾਰ ਕਿਸਾਨ ਵਿਰੋਧ ਕਿਉਂ ਕਰ ਰਹੇ ਨੇ, ਕਾਪੀਆਂ ਤੱਕ ਜਿਹੜੀਆਂ ਨੇ ਕ੍ਰਿਮੀਨਲ ਲਾਅ ਦੀਆਂ ਫਾੜੀਆਂ ਗਈਆਂ ਨੇ ਨਵੀਆਂ ਦੀਆਂ। ਸਤਿ ਸ਼੍ਰੀ ਅਕਾਲ ਜੀ, ਸਰ ਮੈਂ ਤੁਹਾਨੂੰ ਰੋਕਣਾ ਚਾਹੂੰਗੀ, ਤੁਹਾਡੀ ਆਵਾਜ਼ ਸਾਡੇ ਤੱਕ ਸਹੀ ਤਰੀਕੇ ਦੇ ਨਾਲ ਨਹੀਂ ਪਹੁੰਚ ਪਾ ਰਹੀ ਹੈ, ਤਾਂ ਟੈਕਨੀਕਲ ਟੀਮ ਨੂੰ ਜ਼ਰੂਰ ਇੱਕ ਗੁਜ਼ਾਰਿਸ਼ ਹੈ ਕਿ ਆਵਾਜ਼ ਜਿਹੜੀ ਉਹ ਜ਼ਰੂਰ ਚੈੱਕ ਕੀਤੀ ਜਾਵੇ, ਤਾਂ ਕਿ ਅਸੀਂ ਸਮਝ ਸਕੀਏ ਕਿ ਕਿਸਾਨ ਆਗੂ ਆਖਿਰਕਾਰ ਵਿਰੋਧ ਇਹਨਾਂ ਕਾਨੂੰਨਾਂ ਦਾ ਕਿਉਂ ਕਰ ਰਹੇ ਨੇ। ਤਾਂ ਜਦੋਂ ਤੱਕ ਇਹ ਪ੍ਰੋਬਲਮ ਸੋਰਟ ਆਊਟ ਹੁੰਦੀ ਆ ਉਦੋਂ ਤੱਕ ਅਸੀਂ ਰੋਬਿੰਦੀਪ ਸਿੰਘ ਜੀ ਨਾਲ ਗੱਲਬਾਤ ਕਰਾਂਗੇ। ਰੋਬਿੰਦੀਪ ਜੀ, ਇੱਕ ਇਹ ਵੀ ਜ਼ਿਕਰ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਕਿ ਜਿਸ ਤਰੀਕੇ ਇਹ ਸਾਰੇ ਕਾਨੂੰਨ ਨੇ ਇਹਨਾਂ ਦੇ ਵਿੱਚ ਹੁਣ ਇਹ ਜ਼ਿਕਰ ਹੋ ਗਿਆ ਕਿ ਸਾਰਾ ਕੁਝ ਡਿਜੀਟਲਾਈਜ਼ ਹੋਏਗਾ, ਯਾਨੀ ਕਿ ਚਾਹੇ ਉਹ ਰਿਕਾਰਡ ਦੇ ਵਿੱਚ ਜਿਹੜੀਆਂ ਚੀਜ਼ਾਂ ਰੱਖੀਆਂ ਜਾਂਦੀਆਂ ਸੀ ਪਹਿਲਾਂ, ਮੋਬਾਈਲ ਫੋਨ ਦੀ ਵੀਡੀਓਜ਼ ਹੁੰਦੀਆਂ ਸੀਗੀਆਂ, ਕੋਈ ਰਿਕਾਰਡਿੰਗਸ ਹੁੰਦੀਆਂ ਸੀਗੀਆਂ, ਕੋਈ ਸਾਊਂਡ ਹੁੰਦਾ ਸੀਗਾ, ਤਾਂ ਉਹ ਸਾਰੀਆਂ ਚੀਜ਼ਾਂ ਕੰਸਿਡਰ ਨਹੀਂ ਕੀਤੀਆਂ ਜਾਂਦੀਆਂ ਸੀ ਐਸ ਐਵੀਡੈਂਸ, ਪਰ ਹੁਣ ਉਹ ਹਰ ਇੱਕ ਚੀਜ਼ ਜਿਹੜੀ ਹੈ ਡਿਜੀਟਲਾਈਜ਼ ਹੋ ਗਈ ਹੈ। ਐਬਸੋਲੂਟਲੀ ਜੀ, ਜਿਹੜਾ ਸਾਡਾ ਐਵੀਡੈਂਸ ਐਕਟ ਸੀਗਾ, ਕਿਉਂਕਿ ਜਿਵੇਂ ਮੈਂ ਤੁਹਾਨੂੰ ਜ਼ਿਕਰ ਕੀਤਾ ਕਿ ਉਹ ਬ੍ਰਿਟਿਸ਼ ਏਰਾ ਦਾ ਸੀਗਾ, 18th ਦਾ ਸੀਗਾ, ਉਹਦੇ ਵਿੱਚ ਜਦੋਂ ਉਸ ਟਾਈਮ ਤੇ ਦਾ ਡਿਜੀਟਲ ਏਰਾ, ਇਲੈਕਟ੍ਰੋਨਿਕ ਏਰਾ ਬਿਲਕੁਲ ਨਹੀਂ ਸੀ। ਅੱਜ ਜੇ ਆਪਾਂ ਦੇਖੀਏ ਕਿ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਜਿਹੜਾ ਸਾਡਾ ਇੰਟਰਨੈਟ ਹੈ ਉਹਦਾ ਯੁੱਗ ਆ ਚੁੱਕਿਆ, ਉਸੇ ਚੀਜ਼ ਨੂੰ ਰੱਖਦੇ ਜਿਹੜਾ ਐਵੀਡੈਂਸ ਐਕਟ ਦੇ ਵਿੱਚ ਵੀ ਜਿਹੜੀਆਂ ਕੁਛ ਚੇਂਜਿਸ ਕੀਤੀਆਂ ਗਈਆਂ, ਐਵੀਡੈਂਸ ਐਕਟ ਜਿਹਨੂੰ BSA ਭਾਰਤੀ ਸਾਖਿਆ ਅਧਿਨਿਯਮ ਦਾ ਨਾਮ ਦਿੱਤਾ ਗਿਆ, ਉਹਦੇ ਵਿੱਚ ਜਿਹੜੀਆਂ ਇਲੈਕਟ੍ਰੋਨਿਕ ਐਵੀਡੈਂਸ ਹੈ ਉਹਨੂੰ ਐਡਮਿਸੀਬਲ ਬਣਾਇਆ ਗਿਆ। ਇਹ ਬੜਾ ਇੰਪੋਰਟੈਂਟ ਹੈ,
ਜੇ ਪੁਲਿਸ ਰੇਡ ਕਰਨ ਜਾਂਦੀ ਹੈ ਕਿਸੇ ਇੰਪੋਰਟੈਂਟ ਕੇਸ ਦੇ ਵਿੱਚ, ਉਹਦੀਆਂ ਵੀਡੀਓਗ੍ਰਾਫੀ ਜਾਂ ਜਿਹੜੀਆਂ ਰੇਪ ਵਿਕਟਿਮਸ ਹੈ ਉਹਨਾਂ ਦੀ ਆਡੀਓਗ੍ਰਾਫੀ ਵੀਡੀਓਗ੍ਰਾਫੀ, ਮਤਲਬ ਬੜੀਆਂ ਚੀਜ਼ਾਂ ਨੂੰ ਲੈ ਕੇ ਜਿਹੜਾ ਇਲੈਕਟ੍ਰੋਨਿਕ ਐਵੀਡੈਂਸ ਹੈ, ਚਾਹੇ ਉਹ ਵੀਡੀਓਗ੍ਰਾਫੀ ਹੋਏ, ਫੋਟੋਗ੍ਰਾਫੀ ਹੋਏ, ਕੋਈ ਵੋਇਸ ਨੋਟਸ ਹੋਣ, ਉਹਨੂੰ ਐਡਮਿਸੀਬਲ ਪਹਿਲਾਂ ਵੀ, ਹਾਲਾਂਕਿ ਕੋਰਟਸ ਮੰਨਦੇ ਸੀ ਕਿਉਂਕਿ ਟਾਈਮ ਨਾਲ ਬੜੀਆਂ ਜੱਜਮੈਂਟਸ ਆਈਆਂ, ਬੜੇ ਲਾਅ ਸੈਟਲ ਡਾਊਨ ਵੱਖ ਵੱਖ ਕੋਰਟਸ ਵੱਲੋਂ, ਇਨਫੈਕਟ ਸੁਪਰੀਮ ਕੋਰਟਸ ਵੱਲੋਂ ਕੀਤੇ ਗਏ, ਟਾਈਮ ਦੇ ਹਿਸਾਬ ਨਾਲ ਉਹ ਚੀਜ਼ਾਂ ਜੱਜਮੈਂਟਸ ਰਾਹੀਂ, ਪ੍ਰੈਜੀਡੈਂਟਸ ਰਾਹੀਂ ਜ਼ਰੂਰ ਐਡਮਿਸੀਬਲ ਕੋਰਟਸ ਕਰਦੀਆਂ ਸੀ, ਪਰ ਸਟੈਚੂਟਰੀ ਪ੍ਰੋਵੀਜ਼ਨ ਜਿਹੜੀ ਹੈ ਭਾਰਤੀ ਸਾਕਸ਼ੀ ਅਧਿਨਿਯਮ, ਜਿਹੜੀ ਗਵਰਨਮੈਂਟ ਹੁਣ 2023 'ਚ ਲਾਅ ਪਾਸ ਕੀਤਾ ਐਵੀਡੈਂਸ ਐਕਟ ਨੂੰ ਬਦਲ ਕੇ, ਉਹਦੇ 'ਚ ਡਾਇਰੈਕਟਲੀ ਜਿਹੜਾ ਇਲੈਕਟ੍ਰੋਨਿਕ ਐਵੀਡੈਂਸ ਹੈ ਉਹਨੂੰ ਐਡਮਿਸੀਬਿਲਟੀ ਜੀ। ਰੋਬਿਨ ਜੀ, ਪਰ ਇੱਥੇ ਇਹ ਸਮਝਣਾ ਚਾਹਾਂਗੇ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਵੀਡੀਓਗ੍ਰਾਫੀ ਹੁਣ ਪੁਲਿਸ ਨੂੰ ਕਰਨੀ ਹੋਵੇਗੀ, ਤਾਂ ਪਹਿਲਾਂ ਕਿਉਂਕਿ ਪੁਲਿਸ ਦੇ ਉੱਤੇ ਕਈ ਵਾਰ ਇਲਜ਼ਾਮ ਲੱਗਦੇ ਸੀਗੇ ਕਿ ਗ੍ਰਿਫਤਾਰੀ ਕਿਤੋਂ ਹੋਰ ਕੀਤੀ ਜਾਂਦੀ ਹੈ, ਦਿਖਾ ਕਿਤੋਂ ਹੋਰ ਦੀ ਜਾਂਦੀ ਹੈ ਕਾਗਜ਼ਾਂ ਦੇ ਵਿੱਚ, ਪਰ ਇਹ ਤਾਂ ਹੁਣ ਵੀ ਵੀਡੀਓਗ੍ਰਾਫਿਕ ਦੇ ਜ਼ਰੀਏ ਵੀ ਕਿਤੇ ਨਾ ਕਿਤੇ ਪੋਸੀਬਲ ਲੱਗਦਾ ਕਿ ਗ੍ਰਿਫਤਾਰੀ ਕਿਤੋਂ ਹੋਰ ਕੀਤੀ ਜਾਏਗੀ, ਉਸ ਤੋਂ ਬਾਅਦ ਵੀਡੀਓਗ੍ਰਾਫੀ ਉੱਥੋਂ ਬਣਾ ਲਈ ਜਾਏਗੀ ਜਿੱਥੋਂ ਪੁਲਿਸ ਚਾਹੁੰਦੀ ਹੈ ਗ੍ਰਿਫਤਾਰੀ ਦਿਖਾਉਣਾ। ਬਿਲਕੁਲ, ਉਹ ਮੈਂ ਤੁਹਾਡੇ ਨਾਲ ਪਹਿਲਾਂ ਜ਼ਿਕਰ ਕਰ ਚੁੱਕੀ ਹਾਂ, ਜਿਹੜੇ ਪੁਲਿਸ ਮੇਰਾ ਖਿਆਲ, ਇੱਕ ਪਰਸਨਲ ਮੇਰਾ ਓਪੀਨੀਅਨ ਹੈਗਾ, ਸਰਕਾਰ ਨੂੰ ਵੀ ਮੈਂ ਜ਼ਰੂਰ, ਮਤਲਬ ਤੁਹਾਡੇ ਰਾਹੀਂ ਇੱਕ ਬੇਨਤੀ ਕਿ ਇੱਕ ਪੁਲਿਸ ਦਾ ਇਨਵੈਸਟੀਗੇਸ਼ਨ ਕੋਡ ਵੀ ਸਾਨੂੰ ਜ਼ਰੂਰ ਇੱਕ ਮੇਰਾ ਖਿਆਲ ਹੈ ਕਿ ਪ੍ਰੋਵੀਜ਼ਨ ਲੈ ਕੇ ਆਉਣੀ ਚਾਹੀਦੀ ਹੈ, ਕਿਉਂਕਿ ਬੜੇ ਲੂਪ ਹੋਲਸ, ਬੜੀਆਂ ਅਣਗਹਿਲੀਆਂ, ਬੜੀਆਂ ਜੋ ਬੜੀਆਂ ਲੋੜ ਹੈ ਪੁਲਿਸ ਰਿਫੋਰਮਸ ਦੀ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਡੈਫੀਨੇਟਲੀ ਪੁਲਿਸ ਇਹਦੇ 'ਚ ਵੀ ਲੂਪ ਹੋਲਸ ਲੱਭ ਸਕਦੀ ਹੈ, ਕਿ ਮੈਂ ਪੁਲਿਸ ਨੂੰ ਟਾਰਗੇਟ ਨਹੀਂ ਕਰਨਾ ਚਾਹੁੰਦਾ, ਪਰ ਹਰ ਜਿਸ ਤਰ੍ਹਾਂ ਨਾਲ ਅੱਜ ਸਾਡੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਸਾਰੇ ਅੱਜ ਕਿਸਾਨ ਲੀਡਰ ਵੀ ਵਿਰੋਧ ਕਰ ਰਹੇ ਹੈ, ਸਾਰੇ ਪੁਲਿਸ ਦੇ ਹੱਥ ਥੋੜ੍ਹਾ ਜਿਹੜਾ ਇਹ ਫ੍ਰੀ ਹੈਂਡ ਆਇਆ, ਮੈਂ ਸਮਝਦਾ ਕਿ ਪੁਲਿਸ ਇਹਦੇ 'ਚੋਂ ਵੀ ਲੂਪਹੋਲਸ ਲੱਭ ਸਕਦੀ ਹੈ, ਲੂਪਹੋਲਸ ਹਰ ਜਗ੍ਹਾ ਲੱਭ ਸਕਦੀ, ਪਰ ਜੇ ਇੱਕ ਸਪੈਸ਼ਲ ਇੱਕ ਇਨਵੈਸਟੀਗੇਸ਼ਨ ਕੋਡ ਵੀ ਪੁਲਿਸ ਦੇ ਵਾਸਤੇ ਜੋ ਬਣਾਇਆ ਜਾਵੇ, ਤਾਂ ਬੜੀਆਂ ਚੀਜ਼ਾਂ ਇਹ ਰਿਫੋਰਮ ਹੋ ਸਕਦੀ। ਜੀ, ਇੱਕ ਇਹ ਚੀਜ਼ ਹੁੰਦੀ ਸੀਗੀ ਕਿ ਕੋਰਟ ਦੇ ਵਿੱਚ ਜਿਹੜੀ ਪੇਸ਼ੀ ਹੈ ਉਹ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਕਿਤੇ ਨਾ ਕਿਤੇ ਹੁੰਦੀ ਸੀ, ਪਰ ਹੁਣ ਇਸ ਨੂੰ ਹੋਰ ਵੀ ਜ਼ਿਆਦਾ ਸੌਖਿਆ ਬਣਾ ਦਿੱਤਾ ਗਿਆ, ਯਾਨੀ ਕਿ ਜਿਹੜੀ ਪੇਸ਼ੀ ਹੈ ਉਹ ਮੁਲਜ਼ਮ ਦੀ ਉਹ ਵੀਡੀਓ ਮਾਫ ਕਰਨਾ VC ਦੇ ਜ਼ਰੀਏ ਹੋ ਸਕਦੀ ਹੈ, ਪਰ ਇੱਕ ਜੋ ਕੋਰਟਰੂਮ ਦੇ ਵਿੱਚ ਮਾਹੌਲ ਹੁੰਦਾ ਸੀਗਾ ਕਿਤੇ ਨਾ ਕਿਤੇ ਉਹ ਡਰ ਜਿਹੜਾ ਹੈ ਮਾਹੌਲ ਦਾ ਜ਼ਰੂਰ ਰਹਿੰਦਾ ਸੀਗਾ ਕਿ ਉਹ ਦਬਾਅ ਹੁੰਦਾ ਸੀਗਾ ਮੁਲਜ਼ਮ ਦੇ ਉੱਤੇ ਕਿ ਸੱਚ ਬੋਲਦਾ ਸੀਗਾ, ਪਰ ਲੱਗਦਾ ਕਿਤੇ ਨਾ ਕਿਤੇ ਉਹ ਡਰ ਜਿਹੜਾ ਜ਼ਰੂਰ ਘੱਟ ਹੋਏਗਾ। ਇਹ ਜਵਾਬ ਮੈਂ ਤੁਹਾਡੇ ਤੋਂ ਰੋਬਿਨ ਜੀ ਲਊਂਗੀ, ਸਾਡੇ ਨਾਲ ਇੱਕ ਵਾਰ ਰਾਜ ਗੁਰਵਿੰਦਰ ਸਿੰਘ ਜੀ ਜੁੜ ਚੁੱਕੇ ਨੇ, ਉਹਨਾਂ ਤੋਂ ਜਾਣਨਾ ਚਾਹਾਂਗੇ ਕਿ ਆਖਿਰਕਾਰ ਕਿਸਾਨ ਵਿਰੋਧ ਕਿਉਂ ਕਰ ਰਹੇ ਨੇ ਰਾਜ ਗੁਰਵਿੰਦਰ ਸਿੰਘ ਜੀ ਇਹਨਾਂ ਕਾਨੂੰਨਾਂ ਦਾ। ਸਤਿ ਸ਼੍ਰੀ ਅਕਾਲ ਮੈਡਮ ਜੀ। ਸਰ ਮੈਡਮ ਆ ਰਹੀ ਆਵਾਜ਼? ਮੈਡਮ ਹਾਂਜੀ ਹਾਂਜੀ, ਹੁਣ ਸਹੀ ਆ ਰਹੀ ਹੈ ਜੀ। ਠੀਕ ਹੈ ਜੀ। ਮੈਡਮ ਇੱਕ ਤੇ ਵਿਰੋਧ ਇਹਨਾਂ ਦਾ ਇਸ ਕਰਕੇ ਹੋ ਰਿਹਾ ਕਿ ਇਹ ਪਹਿਲਾਂ ਜਦੋਂ ਦੇਖੋ ਪਾਸ ਕੀਤੇ ਆ ਉਦੋਂ ਹੀ ਸਹੀ ਤਰੀਕੇ ਨਾਲ ਪਾਸ ਨਹੀਂ ਕੀਤੇ ਗਏ, ਉਦੋਂ ਹੀ ਪੂਰੇ MP ਨਹੀਂ ਸੀ ਬੈਠੇ ਵਿੱਚ, ਸਸਪੈਂਡ ਹੋਏ ਸੀ, ਕਈ ਬਾਹਰ ਕੱਢਦੇ, ਕਿਉਂਕਿ ਜਿਹੜੇ MP ਅਸੀਂ ਚੁਣ ਕੇ ਭੇਜਦੇ ਹਾਂ ਭਾਵੇਂ ਉਹ ਆਪੋਜੀਸ਼ਨ ਦੇ ਵਿੱਚ ਆ, ਪਰ ਉਹ ਸਾਡੀ ਆਵਾਜ਼ ਤੇ ਹੈਗੇ ਆ ਨਾ ਉੱਥੇ, ਉਹਨਾਂ ਦੇ ਨਾਲ ਦੁਬਾਰਾ ਅਸੀਂ ਚਾਹੁੰਦੇ ਕਿ ਦੁਬਾਰਾ ਇੱਕ ਵਾਰ ਫਿਰ ਸੈਸ਼ਨ ਬੁਲਾ ਕੇ ਇਹਨੂੰ ਫਿਰ ਡਿਸਾਈਡ ਕੀਤਾ ਜਾਵੇ, ਕਿਉਂਕਿ ਇਹਦੇ ਵਿੱਚ ਕਮੀਆਂ ਬਹੁਤ ਆ। ਦੇਖੋ ਜਿਹੜੀ ਇਹ ਗੱਲ ਕਰ ਰਹੇ ਆ 15 ਦਿਨਾਂ ਤੋਂ 90 ਦਿਨਾਂ ਦਾ ਕਰਤਾ, ਮੰਨ ਲਓ 90 ਦਿਨਾਂ ਦਾ ਜੇਲ੍ਹ ਦੇ ਵਿੱਚ ਰੱਖਣ ਦੇ ਬਾਅਦ ਇਨਸਾਨ ਬੇਕਸੂਰ ਨਿਕਲਦਾ ਤੇ ਉਹਨੂੰ ਕੰਪਨਸੇਸ਼ਨ ਕਿੱਦਾਂ ਕੀਤਾ ਜਾਵੇਗਾ? ਜੀ, ਪਰ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਦੋਂ ਇਸਦਾ ਸਪਸ਼ਟੀਕਰਨ ਦਿੱਤਾ ਹੈ ਤਾਂ ਉਹਨਾਂ ਨੇ ਇਹ ਜ਼ਿਕਰ ਕੀਤਾ ਕਿ ਰਿਮਾਂਡ ਜਿਹੜੀ ਉਹ 15 ਦਿਨ ਦੀ ਹੈ, ਜਿਵੇਂ ਕਿ ਕੋਈ ਮੁਲਜ਼ਮ ਹੈ ਜੇਕਰ 15 ਦਿਨ ਦੀ ਉਸਦੀ ਰਿਮਾਂਡ ਹੁੰਦੀ ਹੈ, 7 ਦਿਨ ਉਹ ਬਿਮਾਰ ਹੋ ਜਾਂਦਾ ਹਸਪਤਾਲ 'ਚ ਦਾਖਲ ਹੁੰਦਾ, ਤਾਂ ਰਿਮਾਂਡ ਤਾਂ ਜਿਹੜੀ ਹੈ ਉਹ ਘੱਟ ਕੇ ਸਿਰਫ 6 ਦਿਨ ਦੀ ਰਹਿ ਜਾਂਦੀ ਹੈ ਜਾਂ 8 ਦਿਨ ਦੀ ਰਹਿ ਜਾਂਦੀ ਹੈ, ਤਾਂ ਇਸ ਕਰਕੇ ਉਹ ਕਹਿੰਦੇ ਕਿ ਰਿਮਾਂਡ ਜਿਹੜੀ 15 ਦਿਨ ਦੀ ਰਹੇਗੀ, ਪਰ 60 ਦਿਨ ਦੇ ਵਿੱਚ ਉਹ 15 ਦਿਨ ਪੂਰੇ ਕਰਨੇ ਹੋਣਗੇ। 60 ਦਿਨ ਦੇ ਵਿੱਚ ਵਿੱਚ 15 ਦਿਨ? ਅੱਛਾ, ਤੁਸੀਂ ਕਹਿ ਰਹੇ ਬਿਮਾਰ ਹੋ ਜਾਏ ਜੀ, ਇਹ ਇੰਨੀਆਂ ਗੱਲਾਂ ਵੈਸੇ ਮੈਂ ਤਾਂ ਜਿਹੜਾ ਪੜਿਆ ਉਹਦੇ ਵਿੱਚ ਇੰਨੀ ਕਲੈਰਿਟੀ ਨਹੀਂ ਲਿਖੀ। ਚਲੋ ਦੂਸਰੀ ਗੱਲ ਕਰ ਲਓ ਕਿ ਇਹਨਾਂ ਨੇ ਲਿਖਿਆ ਵੀ, ਇੱਕ ਨੇ ਲਿਖਿਆ ਕਿ ਮੌਬ, ਇਹਨਾਂ ਨੇ ਜਿਹੜੇ ਕਿ ਆਪਣੇ ਹੱਕਾਂ ਲਈ ਲੋਕ ਲੜਦੇ ਨੇ ਉਹਨਾਂ ਨੂੰ ਵੀ ਮੌਬ
ਮੌਬ ਇੱਕ ਭੀੜ ਹੋ ਗਈ ਨਾ, ਭੀੜ ਆਪਣੇ ਹੱਕਾਂ ਲਈ ਲੜਨ ਵਾਲਿਆਂ ਦੀ ਵੀ ਹੋ ਸਕਦੀ ਆ, ਸਹੀ ਵੀ ਹੋ ਸਕਦੀ ਆ ਔਰ ਨੁਕਸਾਨ ਕਰਨ ਵਾਲੀ ਵੀ ਹੋ ਸਕਦੀ ਆ। ਕੋਈ ਡਿਫਾਈਨ ਨਹੀਂ ਕੀਤਾ ਔਰ ਇਹ ਕਹਿਤਾ ਪੁਲਿਸ ਨੂੰ ਇੰਨੀ ਜ਼ਿਆਦਾ ਤਾਕਤ ਦੇ ਦਿੱਤੀ ਕਿ ਜੇ ਉੱਥੇ ਉਹਨਾਂ ਨੇ ਉਹਨੂੰ ਕਿਸੇ ਤਰ੍ਹਾਂ ਖਿੰਡਾਉਣਾ ਵਾ ਉਸ ਜਿਹਨੂੰ ਮੌਬ ਕਹਿੰਦੇ ਨੇ, ਇਹ ਤਾਂ ਸਾਰਿਆਂ ਨੂੰ ਇੰਨਾ ਕਹਿਤਾ, ਉਹਦੇ ਲਈ ਇਹਨਾਂ ਨੂੰ ਪਰਮਿਸ਼ਨ ਲੈਣ ਦੀ ਲੋੜ ਨਹੀਂ। ਉੱਥੇ ਜਿਹੜਾ ਆਫਿਸਰ ਆ ਮੌਕੇ 'ਤੇ ਉਹੀ ਉੱਥੇ ਜੋ ਵੀ ਕਾਰਵਾਈ ਕਰ ਸਕਦਾ ਹੈ ਲਾਠੀਚਾਰਜ ਤੱਕ ਕਰ ਸਕਦਾ ਹੈ। ਦੇਖੋ ਜਦੋਂ ਇਹ ਚੀਨ ਨੇ ਅਟੈਕ ਕੀਤਾ ਸੀ ਉਦੋਂ ਇਹਨਾਂ ਗੱਲ ਕੀਤੀ ਸੀ, ਫੌਜੀਆਂ ਨੂੰ ਕਿਹਾ ਹੈ ਕਿ ਤੁਹਾਨੂੰ ਆਰਡਰ ਲੈਣ ਦੀ ਲੋੜ ਨਹੀਂ, ਤੁਸੀਂ ਜੋ ਕਰਨਾ ਕਰ ਸਕਦੇ ਜੇ। ਪਰ ਇੱਥੇ ਕੋਈ ਚੀਨ ਦਾ ਅਟੈਕ ਤਾਂ ਨਹੀਂ ਹੋ ਰਿਹਾ, ਇੱਥੇ ਤੇ ਆਪਣੇ ਹੱਕਾਂ ਲਈ ਜਿਹੜੇ ਲੋਕ ਬੈਠੇ ਨੇ, ਕਿਉਂ ਨਹੀਂ ਇਹ ਡਿਫਾਈਨ ਕਰਦੇ ਵੀ ਇਹ ਮੌਬ ਨੂੰ ਡਿਫਾਈਨ ਕਿਉਂ ਨਹੀਂ ਕੀਤਾ ਗਿਆ ਉਹਦੇ ਵਿੱਚ। ਜੀ ਸਾਡੇ ਨਾਲ ਰੋਬਿਨ ਸਿੰਘ ਜੀ ਜੁੜੇ ਹੋਏ ਨੇ, ਉਹਨਾਂ ਤੋਂ ਇੱਕ ਵਾਰ ਜਾਣਨ ਦੀ ਕੋਸ਼ਿਸ਼ ਕਰਾਂਗੇ। ਰੋਬਿਨ ਜੀ, ਕੀ ਡਿਫਾਈਨ ਕੀਤਾ ਗਿਆ ਮੌਬ ਨੂੰ, ਕਿ ਕਿਸ ਦੇ ਉੱਤੇ ਕਾਰਵਾਈ ਜਿਹੜੀ ਆ ਉਹ ਜ਼ਿਕਰ ਹੈ ਕਿ ਪੁਲਿਸ ਦਾ, ਕਿਉਂਕਿ ਤੁਸੀਂ ਵੀ ਜ਼ਿਕਰ ਕਰ ਰਹੇ ਸੀ ਜਿਹੜੀ ਐਕਸਟਰਾ ਪਾਵਰਸ ਨੇ ਉਹ ਤਾਂ ਦਿੱਤੀਆਂ ਗਈਆਂ ਨੇ, ਕੀ ਇਸਦਾ ਵੀ ਜ਼ਿਕਰ ਹੈ? ਡੈਫੀਨੇਟਲੀ ਜੀ, ਜਿਹੜਾ ਬੀਐਨਐਸ ਹੈ ਭਾਰਤੀ ਨਿਆਂ ਸੰਹਿਤਾ ਜਿਹਨੂੰ ਆਈਪੀਸੀ ਨੂੰ ਰਿਪਲੇਸ ਕਰਕੇ ਜਿਹੜਾ ਇੰਟਰੋਡਿਊਸ ਕੀਤਾ ਗਿਆ ਹੈ, ਉਹਦੇ ਜਿਹੜਾ ਸੈਕਸ਼ਨ 103 ਹੈ ਉਹ ਬੜਾ ਕੰਸੀਡਰੇਬਲ ਹੈ ਜੀ। 103 ਸਬ ਕਲੌਸ 2 ਹੈ ਜਿਹੜਾ ਉਹ ਮੌਬ ਲਿੰਚਿੰਗ ਨੂੰ ਡਿਫਾਈਨ ਕਰਦਾ ਜੀ। ਮੌਬ ਲਿੰਚਿੰਗ ਹੈ ਜਿਹੜੀ ਜੇ 5 ਬੰਦੇ ਜਾਂ 5 ਬੰਦਿਆਂ ਤੋਂ ਜ਼ਿਆਦਾ ਕਿਸੇ ਰੇਸ ਦੇ ਬਿਹਾਫ 'ਤੇ, ਰਿਲੀਜਨ ਦੇ ਬਿਹਾਫ 'ਤੇ, ਕਾਸਟ ਦੇ ਬਿਹਾਫ 'ਤੇ ਜੇ ਕੋਈ ਵੀ ਉਹ ਮਰਡਰ ਕਰਦੇ ਹੈ ਉਹ ਮੌਬ ਲਿੰਚਿੰਗ ਜਿਹੜਾ ਉਹ ਆਈਪੀਸੀ ਨੂੰ ਰਿਪਲੇਸ ਕਰਨ ਤੋਂ ਬਾਅਦ ਬੀਐਨਐਸ 'ਚ ਪਹਿਲੀ ਵਾਰੀ ਜਿਹੜਾ ਇੰਟਰੋਡਿਊਸ ਕੀਤਾ ਗਿਆ ਮੌਬ ਲਿੰਚਿੰਗ ਇੱਕ ਸਪੈਸੀਫਿਕ ਓਫੈਂਸ ਰੱਖਿਆ ਗਿਆ। ਜੇ 5 ਬੰਦੇ ਜਾਂ 5 ਬੰਦਿਆਂ ਤੋਂ ਵੱਧ ਕਿਸੇ ਵੀ ਇਹਨਾਂ ਜਿਹੜੀਆਂ ਜਾਤੀ ਦੇ ਆਧਾਰ 'ਤੇ, ਕਾਸਟ ਦੇ ਆਧਾਰ 'ਤੇ, ਧਰਮ ਦੇ ਆਧਾਰ 'ਤੇ, ਰੇਸ ਦੇ ਆਧਾਰ 'ਤੇ ਕਿਸੇ ਨੂੰ ਲਿੰਚ ਕਰਦੇ ਹੈ ਉਹ ਮੌਬ ਲਿੰਚਿੰਗ ਦਾ ਜਿਹੜਾ ਸੈਕਸ਼ਨ ਹੈ ਉਹਦੇ ਅੰਡਰ ਉਹਨਾਂ ਨੂੰ ਟਰਾਈ ਕੀਤਾ ਜਾਵੇ। ਲਿੰਚਿੰਗ ਦਾ ਜ਼ਿਕਰ ਹੈ ਰੋਬਿਨ ਜੀ, ਪਰ ਸਵਾਲ ਇਹ ਹੈ ਕਿ ਜਿਹੜੇ ਪ੍ਰਦਰਸ਼ਨ ਕਰਦੇ ਨੇ, ਕਿਉਂਕਿ ਕਿਸਾਨ ਜ਼ਿਆਦਾਤਰ ਪ੍ਰਦਰਸ਼ਨ ਕਰਦੇ ਨੇ, ਚਾਹੇ ਉਹ ਮਜ਼ਦੂਰਾਂ ਦੇ ਲਈ ਹੋਵੇ, ਆਮ ਲੋਕਾਂ ਦੇ ਲਈ ਹੋਵੇ, ਉਹ ਜ਼ਿਕਰ ਕਰਦੇ ਨੇ ਕਿ ਅਸੀਂ ਤਾਂ ਹਰ ਕਿਸੇ ਵਾਸਤੇ ਖੜੇ ਹੁੰਦੇ ਹਾਂ, ਕਿਸੇ ਹੋਰ ਦਾ ਪ੍ਰਦਰਸ਼ਨ ਵੀ ਹੋਵੇ ਉਸ 'ਚ ਵੀ ਸਾਥ ਜ਼ਰੂਰ ਕਿਸਾਨ ਦੇਣ ਲਈ ਪਹੁੰਚ ਜਾਂਦੇ ਨੇ, ਤਾਂ ਕੀ ਉਹ ਪ੍ਰਦਰਸ਼ਨ ਨੂੰ ਵੀ ਜਿਹੜਾ ਹੈ ਉਹ ਉਸਦੇ ਉੱਤੇ ਵੀ ਹੁਣ ਰੋਕ ਹੋਏਗੀ, ਯਾਨੀ ਕਿ ਪ੍ਰਦਰਸ਼ਨ ਜਿਹੜਾ ਕਰਨਾ ਹੁਣ ਸੌਖਾ ਨਹੀਂ ਹੋਏਗਾ ਨਵੇਂ ਕਾਨੂੰਨਾਂ ਦੇ ਮੁਤਾਬਕ? ਨਹੀਂ, ਮੈਂ ਸਮਝਦਾ ਜਿਹੜਾ ਸਟੈਚੂਟਰੀ ਪ੍ਰੋਵੀਜ਼ਨ ਹੈ, ਚਾਹੇ ਉਹਦੇ 'ਚੋਂ ਕੋਈ ਵੀ ਰੂਪ, ਦੇਖੋ ਜੁਡੀਸ਼ਰੀ ਹਮੇਸ਼ਾ ਜਾਂ ਸਾਡੀ ਫਰਟਰਨਿਟੀ ਹਮੇਸ਼ਾ, ਸਾਡੇ ਕਿਸਾਨ ਹੋਣ ਚਾਹੇ ਸਾਡੇ ਜਿੰਨੀਆਂ ਵੀ ਸੋਸ਼ਲ ਆਰਗਨਾਈਜੇਸ਼ਨਸ ਆ, ਅਸੀਂ ਹਮੇਸ਼ਾ ਉਹਨਾਂ ਨੂੰ ਲਾਅ ਦੇ ਪੁਆਇੰਟ ਆਫ ਵਿਊ ਤੋਂ ਹਮੇਸ਼ਾ ਡਿਫੈਂਡ ਕਰਨ ਲਈ ਤਿਆਰ ਹੈ। ਜਿਹੜੀ ਸਟੈਚੂਟਰੀ ਪ੍ਰੋਵੀਜ਼ਨ ਆ ਉਹ ਬੜੀ ਸਪੈਸੀਫਿਕ ਹੈ ਜੀ, ਉਹ ਸਪੈਸੀਫਿਕ ਇਸ ਗੱਲ ਨੂੰ ਲੈ ਕੇ ਹੈ ਉਹ ਕਾਸਟ, ਰਿਲੀਜਨ, ਰੇਸ, ਇਹਨਾਂ ਚੀਜ਼ਾਂ ਦੇ ਆਧਾਰ 'ਤੇ ਜੇ ਕੋਈ ਬੰਦਾ, ਜਿਹੜੇ ਸਾਡੇ ਕਿਸਾਨ ਹੈ ਇਹ ਆਪਣਾ ਜਿਹੜਾ ਆਪਣੀਆਂ ਮੰਗਾਂ ਨੂੰ ਲੈ ਕੇ ਬੜੇ ਵਾਜਬ ਤਰੀਕੇ ਨਾਲ ਪ੍ਰੋਟੈਸਟ ਦਾ ਇੱਕ ਸਾਡਾ ਕੋਨਸਟੀਟਿਊਸ਼ਨਲ ਹੱਕ ਹੈ ਜੀ, ਆਰਟੀਕਲ 21 ਸਾਡਾ ਕੋਨਸਟੀਟਿਊਸ਼ਨਲ ਹੱਕ ਹੈ। ਸੋ ਕੋਨਸਟੀਟਿਊਸ਼ਨ ਇਜ਼ ਅਬਵ ਐਵਰੀ ਸਟੈਚੂਟ, ਕੋਨਸਟੀਟਿਊਸ਼ਨ ਤੋਂ ਉੱਪਰ ਕੋਈ ਲਾਅ ਨਹੀਂ ਹੈ, ਇਹ ਸਾਡਾ ਸੰਵਿਧਾਨ ਕਹਿੰਦਾ, ਕੋਨਸਟੀਟਿਊਸ਼ਨ ਸੁਪਰੀਮ ਹੈ। ਸੋ ਜਿਹੜੀ ਪ੍ਰੋਟੈਸਟ ਕਰਨ ਦੀ ਲੈ ਕੇ ਗੱਲ ਹੈ, ਪ੍ਰੋਟੈਸਟ ਤੇ ਮੌਬ ਲਿੰਚਿੰਗ ਨੂੰ ਅਸੀਂ ਇੱਕ ਬੜੀ ਡਿਫਰੈਂਟ ਚੀਜ਼ ਹੈ, ਠੀਕ ਹੈ ਠੀਕ ਹੈ, ਮੌਬ ਲਿੰਚਿੰਗ। ਹਾਂਜੀ ਰਾਜ ਗੁਰਵਿੰਦਰ ਜੀ, ਉਹ ਕਹਿੰਦੇ ਕਿ ਮੌਬ ਲਿੰਚਿੰਗ ਵੱਖਰੀ ਗੱਲ ਹੈ, ਪ੍ਰੋਟੈਸਟ ਕਰਨਾ ਵੱਖਰਾ ਗੱਲ ਹੈ। ਨਹੀਂ ਨਹੀਂ, ਮੈਂ ਮੌਬ ਲਿੰਚਿੰਗ ਵਾਲੀ ਗੱਲ ਨਹੀਂ ਕਰ ਰਿਹਾ, ਮੈਂ ਜਿਹੜੇ 147 ਤੋਂ ਲੈ ਕੇ 50-53 ਤੱਕ ਜਿਹੜੇ ਆ ਨਾ ਉਹਨਾਂ ਦੀ ਗੱਲ ਕਰ ਰਿਹਾ। ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਇਕੱਲੇ ਕਿਸਾਨ ਦੀ ਗੱਲ ਕਰੀ ਜਾਂਦੇ ਜੇ, ਜਿਹੜੀ ਮੈਂ ਗੱਲ ਕਰ ਰਿਹਾ ਇਕੱਲੇ ਕਿਸਾਨ ਐਜੂਕੇਸ਼ਨ ਦੀ ਗੱਲ ਨਹੀਂ ਕਰ ਰਿਹਾ। ਹੁਣ ਨੀਟ ਦੇ ਪੇਪਰ ਲੀਕ ਹੋਏ ਨੇ, ਉਹ ਵੀ ਤਾਂ ਲੜਕੀਆਂ ਬੈਠੀਆਂ, ਹਰ ਇੱਕ ਨੇ ਆਪਣੇ ਹੱਕ ਲਈ ਲੜਨਾ ਹੈ। ਕਿੱਥੇ ਇਹਦੇ ਵਿੱਚ ਲਿਖਿਆ ਕੋਈ ਆਪਣੇ ਹੱਕ ਲਈ, ਜਿਹੜਾ ਹਰ ਥਾਂ 'ਤੇ ਉਹ 147 ਤੋਂ 50-53 ਤੱਕ ਵੇਖੋ ਉਹਦੇ 'ਚ ਕੀ ਆ। ਬਿਲਕੁਲ ਜੀ ਰੋਬਿਨ ਜੀ,
ਜਿਹੜੀ ਭਾਈ ਸਾਹਿਬ ਜ਼ਿਕਰ ਕਰ ਰਹੇ ਹੈ ਇਹ ਬਿਲਕੁਲ ਇਹਨਾਂ ਦੀ ਜਗ੍ਹਾ ਠੀਕ ਹੈ, ਪਰ ਇਹ ਜੇ ਮੈਂ ਇਹਨਾਂ ਨੂੰ ਥੋੜ੍ਹਾ ਡਿਟੈਕਟ ਕਰਨਾ ਚਾਹੁੰਦਾ, ਜਿਹੜਾ 147-53 ਦੀ ਇਹ ਜ਼ਿਕਰ ਕਰ ਰਹੇ ਹੈ ਉਹ ਵੇਜਿੰਗ ਵਾਰ, ਦੇਖੋ ਪਹਿਲਾਂ ਸੈਡੀਸ਼ਨ ਦਾ ਓਫੈਂਸ ਹੁੰਦਾ ਸੀ ਆਈਪੀਸੀ 'ਚ, ਉਹਨੂੰ ਰਿਪੀਲ ਕਰ ਦਿੱਤਾ ਗਿਆ ਸੀ, ਸੈਡੀਸ਼ਨ ਦੇ ਓਫੈਂਸ ਨੂੰ ਥੋੜ੍ਹਾ ਮੋਡੀਫਾਈ ਕਰਕੇ ਇਸ BNS 'ਚ ਦੁਬਾਰਾ ਫਿਰ ਇੱਕ ਵਾਰ ਜਿਹੜਾ ਉਹਨੂੰ ਤਰਜੀਹ ਦਿੱਤੀ ਗਈ ਹੈ। ਪਰ ਉਹ ਪ੍ਰੋਟੈਸਟ ਨੂੰ ਲੈ ਕੇ ਮੈਂ ਫਿਰ ਵਾਰ ਵਾਰ ਕਹਿੰਦਾ ਕਿ ਉਹਨਾਂ ਦਾ ਜ਼ਰੂਰ ਸਮਝਣ ਦਾ ਤਰੀਕਾ ਹੋ ਸਕਦਾ, ਮੈਂ ਜੋ ਮੈਂ ਸਮਝਾਉਣਾ ਚਾਹੁੰਦਾ ਮੈਂ ਇਹ ਕਹਿੰਦਾ ਕਿ ਜਿਹੜਾ ਉਹ ਫ੍ਰੈਂਸਿਸ ਹੈਗੇ ਆ ਉਹ ਵੇਜਿੰਗ ਵਾਰ ਅਗੇਂਸਟ ਸਟੇਟ ਆ, 152 ਹੋ ਗਿਆ, 153 ਹੋ ਗਿਆ, ਜੇ ਕੋਈ ਵੀ ਬੰਦਾ ਕੋਈ ਇੰਡੀਆ ਦੀ ਸੋਵਰਨਟੀ ਨੂੰ, ਇੰਟੈਗ੍ਰਿਟੀ ਨੂੰ, ਇਕੁਇਟੀ ਨੂੰ ਉਹਨੂੰ ਚੈਲੰਜ ਕਰਦਾ ਹੈ ਤਾਂ ਉਹ ਜਿਹੜਾ 152-153 ਵੇਜਿੰਗ ਵਾਰ ਅਗੇਂਸਟ ਸਟੇਟ ਸਮਝਦੇ ਹੋ ਤੁਸੀਂ, ਜੋ ਸੈਡੀਸ਼ਨ ਦਾ ਓਫੈਂਸ ਪਹਿਲਾਂ ਰਿਪੀਲ ਕਰ ਦਿੱਤਾ ਗਿਆ ਸੀ ਉਹਨੂੰ ਥੋੜ੍ਹਾ ਮੋਡੀਫਾਈ ਕਰਕੇ ਇਸ ਚੀਜ਼ 'ਤੇ ਲੈ ਗਿਆ। ਸੋ ਸੈਡੀਸ਼ਨ ਦਾ ਓਫੈਂਸ ਪਹਿਲਾਂ ਵੀ ਸੀ, ਪਰ ਜੇ ਕੋਈ ਇਹੋ ਜਿਹੀ ਕਦੇ ਵੀ ਪ੍ਰੋਬਲਮ ਆਉਂਦੀ ਹੈ ਤਾਂ ਸਾਡੀ ਜਿਹੜੀ ਫਰਟੈਲਿਟੀ ਹੈ, ਜੁਡੀਸ਼ਰੀ ਹੈ, ਸਮਝਦਾਰ ਹੈ ਕਿ ਕਿਉਂਕਿ ਕਨਸਟੀਟਿਊਸ਼ਨਲ ਰਾਈਟ ਹੈ ਸਾਡਾ ਪੀਸਫੁਲੀ ਪ੍ਰੋਟੈਸਟ ਕਰਨ ਦਾ। ਜੀ ਬਿਲਕੁਲ, ਇਹ ਵੀ ਇਸ ਸਵਾਲ ਪਰ ਜ਼ਰੂਰ ਰੋਬਿਨ ਜੀ ਇੱਥੇ ਬਣ ਜਾਂਦਾ ਹੈ ਕਿ ਕਦੋਂ ਜਿਹੜਾ ਹੈ ਕਿਹੜੇ ਪੈਰਾਮੀਟਰਸ ਦੇ ਉੱਤੇ ਇਹ ਡਿਸਾਈਡ ਹੁੰਦਾ ਹੈ ਕਿ ਸੋਵਰਨਟੀ ਨੂੰ ਜਿਹੜਾ ਹੈ ਉਹ ਚੈਲੰਜ ਕੀਤਾ ਜਾ ਰਿਹਾ ਹੈ ਜਾਂ ਦੇਸ਼ ਦੀ ਅਖੰਡਤਾ ਨੂੰ, ਏਕਤਾ ਨੂੰ ਚੈਲੰਜ ਕੀਤਾ ਜਾ ਰਿਹਾ ਹੈ, ਕਿਉਂਕਿ ਇਹ ਕਲੋਜ਼ ਦੇ ਵਿੱਚ ਹੁਣ ਪਾਇਆ ਗਿਆ ਹੈ। ਗੁਰਵਿੰਦਰ ਜੀ ਤੁਹਾਡੇ ਤੋਂ ਇਹ ਜਾਣਨਾ ਚਾਹਾਂਗੇ ਕਿ ਹੋਰ ਕਿਹੜੀ ਕਿਹੜੀ ਜਿਹੜੀ ਤੁਸੀਂ ਚੀਜ਼ ਨੂੰ ਲੈ ਕੇ ਇੱਥੇ ਪ੍ਰੋਟੈਸਟ ਕਰ ਰਹੇ ਹੋ। ਇੱਕ ਤਾਂ ਇਹ ਗੱਲ ਹੋਈ, ਤੁਸੀਂ ਕਿਹਾ ਕਿ ਪ੍ਰੋਟੈਸਟਰਸ ਨੂੰ ਕਿਤੇ ਨਾ ਕਿਤੇ ਰੋਕ ਜਿਹੜੀ ਆ ਉਹ ਲੱਗ ਰਹੀ ਹੈ, ਉਸ ਨੂੰ ਉਹਨਾਂ ਦੇ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ, ਹੋਰ ਕਿਹੜੇ ਮੁੱਦੇ ਨੇ? ਮੈਡਮ ਇਹ ਜਿਹੜੀ ਸੋਵਰਨਟੀ ਤੇ ਇੰਟੀਗ੍ਰਿਟੀ ਕਹਿ ਰਿਹਾ ਇਹ ਉਹਦੇ ਵਿੱਚ ਨਹੀਂ ਲਿਖਿਆ, ਉਹਦੇ ਵਿੱਚ ਲਿਖਿਆ ਗਵਰਨਮੈਂਟ ਆਫ ਇੰਡੀਆ ਉਹਦੇ ਵਿੱਚ। ਹਾਲਾਂਕਿ ਜੋ ਇਹ ਕਹਿ ਰਹੇ ਹੋਣਾ ਇਹ ਚਾਹੀਦਾ ਕਿ ਆਪਾਂ ਦੇਸ਼ ਨੂੰ ਕੋਈ ਖਤਰਾ ਹੋਏ ਜਾਂ ਦੇਸ਼ ਦੀ ਏਕਤਾ ਨੂੰ ਖਤਰਾ ਹੋਏ ਫਿਰ ਇਹੋ ਜਿਹੇ ਸਖ਼ਤ ਸਜ਼ਾਵਾਂ ਜਿਹੜੀਆਂ ਉਮਰ ਕੈਦ ਦੀਆਂ ਹੋਣੀਆਂ ਚਾਹੀਦੀਆਂ ਵਾ, ਪਰ ਉਹ ਤੇ ਇੱਕ ਗਵਰਨਮੈਂਟ ਨੂੰ ਤੇ ਇਹਨਾਂ ਕਰ ਦਿੱਤਾ ਕਿ ਗਵਰਨਮੈਂਟ ਦੇ ਨਾਲ ਅਸੀਂ ਐਗਰੀ ਹੁੰਦੇ ਕਿ ਨਹੀਂ ਹੁੰਦੇ, ਇਹ ਤੇ ਸਾਰੇ ਲੋਕ ਨਹੀਂ ਹੁੰਦੇ ਐਗਰੀ ਜੀ, ਦੇਸ਼ ਹੋਰ ਚੀਜ਼ ਆ। ਇਹ ਤੇ ਦੱਸਣ ਵੀ ਇਹ ਗਵਰਨਮੈਂਟ ਨੂੰ ਇੰਡੀਆ ਮੰਨਦੇ ਆ ਕਿ ਇੰਡੀਆ ਦੇ 150 ਕਰੋੜ ਲੋਕਾਂ ਨੂੰ ਇੰਡੀਆ ਮੰਨਦੇ ਆ। ਜੀ ਰੋਬਿਨ ਜੀ ਕਹਿੰਦੇ ਕਿ ਗਵਰਨਮੈਂਟ ਆਫ ਇੰਡੀਆ ਲਿਖਿਆ ਹੈ, ਦੇਸ਼ ਨਹੀਂ ਲਿਖਿਆ। ਮੈਂ ਦੱਸ ਦੇਖੋ ਜੀ, ਸਭ ਤੋਂ ਜੇ ਮੈਂ ਜਿਹੜੇ ਵੀ ਸਾਡੇ ਫਾਰਮਰਸ ਆ, ਮੈਂ ਬੜੀਆਂ ਉਹਨਾਂ ਦੀਆਂ ਭਾਵਨਾਵਾਂ ਦੀ ਹਮੇਸ਼ਾ ਕਦਰ ਕਰਦਾ, ਪਰ ਜੇ ਆਪਾਂ ਸਿਰਫ ਆਪਾਂ ਇੱਥੇ ਜੋ ਬੈਠਾ, ਮੈਂ ਜੋ ਬੈਠਾ, ਬਾਈ ਜੀ ਬੈਠੇ ਹੈ, ਫਾਰਮਰਸ ਦੇ ਇਸ਼ੂ ਨੂੰ ਲੈ ਕੇ ਮੈਂ ਬੜੀ ਰਿਸਪੈਕਟ ਕਰਦਾ, ਮੈਂ ਜੋ ਬੈਠਾ, ਮੈਂ ਲੀਗਲ ਜੋ ਲੀਗਲ ਪੁਆਇੰਟ ਹੈ ਉਸ ਨੂੰ ਲੈ ਕੇ ਮੈਂ ਇੱਥੇ ਜੋ ਇਨਫੋਰਮੇਸ਼ਨ ਦੇਣੀ ਚਾਹੁੰਦਾ। ਦੇਖੋ ਚੈਪਟਰ 7 ਹੈ BNS ਦਾ, ਜਿਹੜੀ 147 ਤੋਂ ਲੈ ਕੇ 158 ਤੱਕ, 147 ਤੋਂ ਲੈ ਕੇ 158 ਤੱਕ ਇਹ ਪੂਰਾ ਚੈਪਟਰ 7 ਹੈ, 11 ਇਹ ਕਲੋਜ਼ ਹੈ, 11 ਸੈਕਸ਼ਨ ਦਾ। ਜਿਹੜਾ 152 ਹੈ ਉਹ ਕਹਿੰਦਾ ਜੀ ਐਕਟ ਇਨਡੇਂਜਰਿੰਗ ਸੋਵਰਨਟੀ ਯੂਨਿਟੀ ਐਂਡ ਇੰਟੈਗ੍ਰਿਟੀ ਆਫ ਇੰਡੀਆ ਜੀ। ਜਿਹੜੀ 153 ਹੈ ਵੇਜਿੰਗ ਵਾਰ ਅਗੇਂਸਟ ਗਵਰਨਮੈਂਟ ਆਫ ਐਨੀ ਫੋਰਨ ਸਟੇਟ ਐਟ ਪੀਸ ਵਿਦ ਗਵਰਨਮੈਂਟ ਆਫ ਜੀ, ਥੋੜ੍ਹਾ ਜਿਹਾ ਡਿਫਰੈਂਸ ਆ। ਮੈਂ ਬਿਲਕੁਲ, ਸਾਨੂੰ ਇਹ ਜ਼ਰੂਰ ਅਵੇਅਰ ਵੀ ਰਹਿਣਾ ਚਾਹੀਦਾ ਜੀ ਕਿ ਕਿਹੜੀਆਂ ਸਾਨੂੰ ਜਿਹੜਾ ਲਾਅ ਹੈ ਪਾਵਰ ਕਰਦਾ, ਕਿਹੜਾ ਨਹੀਂ ਕਰਦਾ। ਮੈਂ ਬੜੀ ਰਿਸਪੈਕਟ ਕਰਦਾ, ਪਰ ਜਿਹੜੀ ਇਹ ਕੁਛ ਦੇਖੋ ਪਹਿਲਾਂ ਵੀ ਸੈਡੀਸ਼ਨ ਮਿਸਯੂਜ਼ ਹੁੰਦਾ ਰਿਹਾ, ਇਸੇ ਕਰਕੇ ਰਿਪੀਲ ਹੋਇਆ। ਜੀ ਜੀ ਬਿਲਕੁਲ ਰੋਬਿੰਦਰ ਜੀ, ਤੁਹਾਡਾ ਪੁਆਇੰਟ ਅਸੀਂ ਸਮਝ ਗਏ ਕਿ ਤੁਹਾਡਾ ਪੁਆਇੰਟ ਅਸੀਂ ਸਮਝ ਗਏ ਕਿ ਬਹੁਤ ਸਾਰੇ ਖਦਸ਼ੇ ਜਿਹੜੇ ਨੇ ਉਹ ਹੈਗੇ ਨੇ ਜਿਨ੍ਹਾਂ ਦਾ ਕਲੈਰੀਫਾਈ ਹੋਣਾ ਬੇਹੱਦ ਜ਼ਰੂਰੀ ਹੈ, ਤਾਂ ਇਸੇ ਨੂੰ ਲੈ ਕੇ ਜਿਹੜੀ ਮੰਗ ਹੈ ਕਿਤੇ ਨਾ ਕਿਤੇ ਕੀਤੀ ਜਾ ਰਹੀ ਸੀ ਕਿ ਇਹਨਾਂ ਸਾਰੀਆਂ ਗੱਲਾਂ ਨੂੰ ਜਿਹੜਾ ਕਿਤੇ ਨਾ ਕਿਤੇ ਰਿਵਿਊ ਵੀ ਹੋਣਾ ਚਾਹੀਦਾ, ਔਰ ਜਦੋਂ ਤੱਕ ਇਸ ਦੇ ਸਪਸ਼ਟੀਕਰਨ ਨਹੀਂ ਹੁੰਦੇ, ਇਸ ਦੇ ਉੱਤੇ ਇੱਕ ਡਿਬੇਟ ਨਹੀਂ ਹੁੰਦੀ, ਲੋਕਾਂ ਨੂੰ ਸਮਝ ਨਹੀਂ ਆਉਂਦਾ, ਉਸ ਨੂੰ ਲੈ ਕੇ ਜ਼ਰੂਰ ਜ਼ਿਕਰ ਕੀਤਾ ਜਾ ਰਿਹਾ ਵੱਖ ਵੱਖ ਟਾਈਮ ਦੇ ਉੱਤੇ। ਰੋਬਿਨ ਜੀ ਸਮਾਂ ਥੋੜ੍ਹਾ ਜਿਹਾ ਸਾਡੇ ਕੋਲ ਘੱਟ ਹੈ, ਬਹੁਤ ਧੰਨਵਾਦ ਤੁਸੀਂ ਜੁੜੇ ਲਿਵਿੰਗ ਇੰਡੀਆ ਨਿਊਜ਼ ਦੇ ਨਾਲ। ਗੁਰਵਿੰਦਰ ਜੀ ਤੁਹਾਡਾ ਵੀ ਧੰਨਵਾਦ, ਤੁਸੀਂ ਜੁੜੇ, ਪ੍ਰੋਟੈਸਟ ਜਿਹੜਾ ਉਹ ਜ਼ਰੂਰ ਕੀਤਾ ਜਾ ਰਿਹਾ ਹੈ ਕਈ, ਕਿਉਂਕਿ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਖਦਸ਼ਾ ਵੀ ਹੈ, ਟੈਕਨੀਕੈਲਿਟੀਜ਼ ਜਿਹੜੀਆਂ ਨੇ ਉਹ ਜ਼ਰੂਰ ਹੈਗੀਆਂ ਨੇ ਲਾਅਸ ਦੇ
ਵਿੱਚ ਤਾਂ ਉਹਨਾਂ ਨੂੰ ਸਮਝਣਾ ਵੀ ਬੇਹੱਦ ਜ਼ਰੂਰੀ ਹੈ ਅਤੇ ਇਸੇ ਕਰਕੇ ਇਹ ਗੱਲ ਜਿਹੜੀ ਲਗਾਤਾਰ ਆਖੀ ਜਾ ਰਹੀ ਹੈ ਕਿ ਪਹਿਲਾਂ ਇਸ ਦੇ ਉੱਤੇ ਖੁੱਲ੍ਹ ਕੇ ਡਿਬੇਟ ਹੋਣੀ ਚਾਹੀਦੀ ਸੀ, ਸਾਰੇ ਮਸਲੇ ਜਿਹੜੇ ਨੇ ਉਹ ਸੌਟ ਆਊਟ ਹੋਣੇ ਚਾਹੀਦੇ ਸੀਗੇ, ਖਦਸ਼ੇ ਦੂਰ ਹੋਣੇ ਚਾਹੀਦੇ ਸੀਗੇ, ਉਸ ਤੋਂ ਬਾਅਦ ਕਾਨੂੰਨਾਂ ਨੂੰ ਲਾਗੂ ਕੀਤਾ ਜਾਂਦਾ। ਪਰ ਹੁਣ ਕਾਨੂੰਨ ਲਾਗੂ ਹੋ ਚੁੱਕੇ ਨੇ, ਕਿਸ ਤਰੀਕੇ ਖਦਸ਼ੇ ਦੂਰ ਹੋਣਗੇ ਵੀ ਦੇਖਣਾ ਹੋਵੇਗਾ।